ਆਪਾਂ ਇੱਧਰ ਹੀ ਤੇ ਰਹਿਣ ਵਾਲੇ ਹੈਗੇ ਆ। ਕੀ ਗੱਲ ਹੋਈ ਗੁਰਬਖਸ਼ ਨਗਰ? ਕੀ ਗੱਲ ਹੋਈ ਰਾਤੀ? ਗੱਲ ਕੁਛ ਵੀ ਨਹੀਂ, ਉਹ ਮੁੰਡੇ ਨੇ ਜੋ ਮੁੰਡੇ ਵਿਚਾਰੇ ਚੱਲੇ ਹੀ ਛੱਡਣ ਉਹਨੂੰ, ਤੇ ਉਹਨੂੰ ਪੈ ਗਿਆ ਮੁੰਡਾ ਉਹਦੇ ਵਿੱਚ ਲਿਜਾ ਕੇ ਮੋਟਰਸਾਈਕਲ ਵਾਲੇ ਡੇਟ ਕਰ ਦਿਓ। ਤੇ ਉਹਨੇ ਕਿਹਾ ਕਿ ਭਾਅ ਜੀ ਥੋੜ੍ਹਾ ਤਰੀਕੇ ਨਾਲ ਚਲਾਓ। ਉਹਨੇ ਉੱਥੋਂ ਮੋਟਰਸਾਈਕਲ ਖਿਲਾਰ ਕੇ ਤੇ ਮੇਰੇ ਮੁੰਡੇ ਨੂੰ ਪੈ ਗਏ ਤੇ ਮੇਰੇ ਮੁੰਡੇ ਨੂੰ ਪੈ ਗਏ। ਉਹ ਵਿਚਾਰਾ ਦਵਾਈ ਲੈ ਕੇ ਆਇਆ, ਉਹਨੇ ਕਿਹਾ ਕੀ ਹੋਇਆ? ਇਹਨੇ ਕਿਹਾ ਮੈਨੂੰ ਹੱਥੀ ਪੈ ਗਏ, ਇਹਨੂੰ ਫੜ ਲਿਆ ਹੱਥ ਹੱਥ ਉਹਨਾਂ ਨੇ ਸਾਰੇ ਟੱਬਰ ਨੇ ਉਹਨੂੰ ਫੜ ਲਿਆ ਵਾ। ਉਹਨੂੰ ਫੜ ਕੇ ਤੇ ਅੰਦਰ ਖਿੱਚ ਕੇ ਚਾਕੂ ਮਾਰ ਕੇ ਉਹਨੂੰ ਧੱਕਾ ਮਾਰਤਾ ਬਾਹਰ। ਇਹ ਤਾਂ ਸੀਰੀਅਲ ਟੀਵੀਆ ਵਾਲਾ। ਮੁੰਡੇ ਦੀ ਉਮਰ ਕਿੰਨੀ? ਮੇਰੇ ਮੁੰਡੇ ਦੀ 25 ਸਾਲ ਉਮਰ ਸੀ। ਫਾਂਸੀ ਹੋਣੀ ਚਾਹੀਦੀ। ਜਨਾਨੀਆਂ ਨੇ ਜਨਾਨੀਆਂ ਵੀ ਬੜੀਆਂ ਡਾਡੀਆਂ ਹੈਗੀਆਂ ਵਾ, ਗਾਲਾਂ ਕੱਢ ਦਿੰਦੀਆਂ ਸੀ ਰਾਤੀ। ਕੁਛ ਨੀ ਸਰ, ਰਾਤੀ ਕੰਮ ਕਰਕੇ ਆਏ ਆਪਾਂ, 10 ਵਜੇ ਲੇਟ ਹੋ ਗਏ ਸੀ ਪਾਣੀ ਪੀ ਕੇ, ਅਤੇ ਨਾਲ ਹੀ ਇਹਨੂੰ ਭਰਾ ਨੂੰ ਛੱਡਣ ਗਏ ਥੋੜ੍ਹਾ ਇੱਥੇ ਮੋੜ ਤੱਕ, ਅਤੇ ਮੁੰਡਾ ਰੱਜਿਆ ਹੋਇਆ ਸੀ, ਉਹਨਾਂ ਦਾ ਚਿੱਟਾ ਲਾਉਣ ਦੇਣਾ ਸਾਰਾ ਟੱਬਰ, ਉਹਨਾਂ ਚਿੱਟੇ ਦਾ ਕੰਮ ਹੈਗਾ ਉਹਨਾਂ ਦਾ। ਅਤੇ ਉੱਧਰੋਂ ਇੱਧਰੋਂ ਜਾਂਦੇ ਪਏ ਆਪਾਂ, ਤੇਰੀ ਸਾਈਡ ਉਹਨੂੰ ਹੋ ਗਈ ਲੰਘ ਦੀ, ਉਹਨੂੰ ਲੰਘ ਤੂੰ। ਇਹਨੇ ਲਿਆ ਕੇ ਮੋਟਰਸਾਈਕਲ ਮੇਰੇ ਵਿੱਚ ਮਾਰਤਾ, ਰੱਜੇ ਦੇ ਖਲੋਤੇ ਨੂੰ ਖਲੋਣ ਦੀ ਬਾਹਰ ਨਹੀਂ ਗਈ ਸੀ। ਇਹ ਮੇਰੇ ਹਿਸਾਬ ਨਾਲ ਜਿੰਨੇ ਵੀ ਚਾਰ ਦੋ ਭਰਾ ਉਹਗਾ ਸੀ, ਉਹਦਾ ਜੀਜਾ ਹੈਗਾ ਸੀ, ਉਹਦਾ ਡੈਡੀ ਹੈਗਾ ਸੀ, ਉਹਦੀ ਮੰਮੀ ਤੇ ਉਹਦੀ ਭੈਣ ਵੀ। ਜਿਹੜੇ ਸਿਆਣੇ ਹੁੰਦੇ ਨੇ ਲੜਾਈਆਂ ਛਡਾਉਂਦੇ ਨੇ ਕਿ ਬੱਚੋ ਲੜੋ ਨਾ, ਇਹ ਕੋ ਪੰਨੀ ਕਿੱਦਾਂ ਦੇ ਮਾਂ ਪਿਓ ਗਏ, ਪੂਰਾ ਟੱਬਰ ਹੀ ਅੰਦਰੋਂ ਫੜ ਕੇ ਜੋ ਆਉਂਦਾ ਹੱਥ 'ਚ ਚੁੱਕ ਕੇ ਮਾਰੀ ਜਾਂਦੇ ਪਏ ਸੀ ਦਾਦੀ। ਅਤੇ ਆਪਣਾ 25 ਸਾਲ ਹੈਗੀ, 24 ਸਾਲ ਪਰਚਾ ਦਰਜ ਕਰਾਇਆ, ਪੂਰੀ ਕਾਰਵਾਈ ਕਰਾਂਗੇ, ਸਾਨੂੰ ਆਸ ਹੈਗੀ ਉਹਨਾਂ ਤੋਂ, ਬਸ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਨ੍ਹਾਂ ਨੇ ਵੀ ਕੀਤਾ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਹਜੇ ਤੱਕ ਕੋਈ ਬੰਦੇ ਦੀ ਅਰੈਸਟ ਪਾਈ ਉਹਨਾਂ ਨੇ? ਹਜੇ ਤੱਕ ਕਿਸੇ ਨੇ ਨਹੀਂ ਪਾਈ। ਜਿਹੜੇ ਮੁੰਡੇ ਦਾ ਕਤਲ ਕੀਤਾ ਉਹਦਾ ਕਿੰਨੇ ਵਿਆਹ ਕਦੋਂ ਸੀ? ਅਗਲੇ ਮਹੀਨੇ ਵਿਆਹ ਸੀ ਉਹਦਾ, ਅਗਲੇ ਮਹੀਨੇ ਵਿਆਹ ਕਰਾਉਣਾ ਸੀ ਉਹਦਾ। ਮੇਰਾ ਨਾਮ ਸਰ ਹਰੀ ਸ਼ੰਕਰ ਹੈ, ਮੈਂ ਗੁਰਬਖਸ਼ ਨਗਰ ਗਲੀ ਨੰਬਰ 3 ਮੈਂ ਰਹਿ ਰਿਹਾ ਹਾਂ, ਠੀਕ ਹੈ ਨਾ ਸਰ? ਕੀ ਗੱਲ ਹੋਈ ਤੇਰੇ ਬੇਟੇ ਨਾਲ? ਸਾਡੇ ਬੇਟੇ ਨਾਲ ਗੱਲ ਹੋਈ ਹੈ, ਜੇ ਸਾਡਾ ਭਤੀਜਾ ਇੱਥੇ ਆਇਆ ਸੀ ਸਾਡੇ ਘਰ, ਉਹਨੂੰ ਛੱਡਣ ਗਏ ਸੀ ਸਾਡਾ ਛੋਟਾ ਬੇਟਾ ਅਤੇ ਬੜਾ ਬੇਟਾ। ਉਹਦੇ ਗਲੀ 'ਚ ਕੁੱਤਾ ਹੈ, ਤਾਂ ਕਰਕੇ ਉਹਨੂੰ ਡਰ ਕੇ ਨਾ, ਅਤੇ ਉਹਨੂੰ ਇੱਕ ਦੋ ਵਾਰੀ ਭਤੀਜੇ ਨੂੰ ਪੈ ਵੀ ਗਿਆ ਕੁੱਤਾ, ਤਾਂ ਕਰਕੇ ਕਹਿੰਦਾ ਮੈਨੂੰ ਅੱਗੇ ਨੰਗਾ ਦਿਓ ਤਾਂ ਮੈਂ ਉੱਧਰ ਚੱਲ ਜਾਵਾਂਗਾ। ਉਹ ਸਰ ਨਗਾਨ ਗਏ ਤਾਂ ਉੱਧਰੋਂ ਉਹਨਾਂ ਦਾ ਬੇਟਾ ਆਉਂਦਾ ਪਿਆ ਸੀ ਮੋਟਰਸਾਈਕਲ 'ਤੇ, ਤਾਂ ਉਹਨਾਂ ਨੇ ਸਾਡੇ ਵੱਡੇ ਬੇਟੇ ਦੇ ਪੈਰ 'ਤੇ ਉਹਨੇ ਮੋਟਰਸਾਈਕਲ ਮਾਰਿਆ, ਤਾਂ ਕਹਿੰਦਾ ਤੂੰ ਰੋਂਗ ਸਾਈਡ ਆ ਕੇ ਮੈਨੂੰ ਮਾਰਦਾ ਅਤੇ ਤੇਰਾ ਸਾਈਡ ਉਹ, ਤੂੰ ਉੱਧਰੋਂ ਚੱਲ ਜਾ। ਇੰਨੇ 'ਚ ਸਰ ਉਹ ਗੁੱਸਾ ਹੋ ਕੇ ਆ ਕੇ ਸਾਡੇ ਬੇਟੇ ਨੂੰ ਚਪੇੜਾ ਮਾਰਨੀ ਸ਼ੁਰੂ ਕਰਤੀ, ਸਾਡੇ ਛੋਟੇ ਬੇਟੇ ਨੂੰ ਤਾਂ ਵੱਡੇ ਬੇਟੇ ਨੂੰ, ਉਹਦੇ ਸਾਰੇ ਕੱਪੜੇ ਕੁਪੜੇ ਸਰ ਉਹਨਾਂ ਨੇ ਫਾੜ ਦਿੱਤੇ। ਅਤੇ ਫਿਰ ਅੱਗੇ ਆਪਣਾ ਜਿਹੜਾ ਤੁਹਾਡਾ ਬੇਟਾ ਕਿੱਦਾਂ ਗਿਆ ਉੱਥੇ? ਮੇਰਾ ਮੇਰਾ ਬੇਟਾ ਦਵਾਈ ਲੈਣ ਗਿਆ ਸੀ ਜਾਂ ਕੁਛ ਖਾਣ ਗਿਆ ਸੀ, ਹੁੰਦਾ ਤਾਂ ਦੱਸਦਾ ਨਾ ਸਰ, ਹੁੰਦਾ ਤਾਂ ਦੱਸਦਾ ਨਾ। ਉੱਧਰੋਂ ਆਇਆ ਤਾਂ ਇਹਨਾਂ ਨੂੰ ਦੇਖਿਆ ਕਿ ਉਹ ਕੁੱਟਦੇ ਪਏ ਆ, ਕਹਿੰਦਾ ਭਾਅ ਜੀ ਦੱਸੋ ਕੀ ਗੱਲ ਹੋ ਗਈ ਹੈ, ਕੋਈ ਗੱਲ ਹੈ ਤਾਂ ਮੈਨੂੰ ਦੱਸੋ, ਆਪਾਂ ਕੋਈ ਲੜਾਈ ਝਗੜਾ ਗਲੀ 'ਚ ਰਹਿੰਦੇ ਹਾਂ, ਸਾਡਾ ਕੋਈ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਗੱਲ ਅਗਰ ਬੈਠੇ ਨੇ ਸਾਡੇ ਕੋਈ ਆ ਤਾਂ ਤੁਹਾਡ੾ੇ ਕੋਲ ਮੈਂ ਮਾਫ਼ੀ ਮੰਗਾ। ਇੰਨੇ ਦੇਰ ਨੂੰ ਉਹਨਾਂ ਨੇ ਕੁਛ ਸੁਣਿਆ, ਉਹਦੇ ਡੈਡੀ, ਉਹਦੇ ਮੰਮੀ, ਉਹਦਾ ਜੀਜਾ, ਉਹਦੇ ਦੋਨੋਂ ਭਰਾ, ਉਹਦੀ ਭੈਣਾਂ ਨੇ ਮਿਲ ਕੇ ਸਾਡੇ ਦੀਪਕ ਨੂੰ ਮਾਰ ਛੱਡਿਆ ਸਰ, ਛੂਰਾ ਚਾਰਾ ਮਾਰ ਕੇ ਉਹਦੇ ਬਾਲ ਪੋਲ ਮਾਰਿਆ। ਕੀ ਪਤਾ ਕਰਦੇ ਹੁਣ, ਸਾਰੇ ਕਹਿੰਦੇ ਚਿੱਟਾ ਵੇਚਦੇ, ਹੁਣ ਕੀ ਪਤਾ ਕੀ ਕਰਦੇ ਸਰ ਇਸ ਗੱਲ ਦਾ। ਆਪਾਂ ਨੇ 5-6 ਸਾਲ ਹੋ ਗਏ ਆਏ ਜੀ, ਇਨਸਾਫ਼ ਕੀ ਜਾਂਦੇ ਹੋ? ਇਨਸਾਫ਼ ਇਹੀ ਸਰ, ਮੇਰੀ ਪੂਰੀ ਸੁਣਵਾਈ ਹੋਣੀ ਚਾਹੀਦੀ ਹੈ, ਠੀਕ ਨਾ? ਜਿੱਦਾਂ ਮੇਰਾ ਬੇਟਾ ਗਿਆ ਨਾ ਸਰ, ਉਸੇ ਤਰ੍ਹਾਂ ਉਹਨਾਂ ਦੇ ਬੇਟੇ ਨੂੰ ਵੀ ਫਾਂਸੀ ਲੱਗਣੀ ਚਾਹੀਦੀ ਹੈ। ਉਮਰ ਸੀ ਬੇਟੇ?
ਮੇਰਾ ਬੇਟਾ 24 ਸਾਲਾਂ ਦਾ ਸਰ ਵਿਆਹ ਸੀ ਨਹੀਂ ਸਰ ਅਗਲੇ ਮਹੀਨੇ ਵਿਆਹ ਸੀ ਗੁੱਡ ਆਫਟਰਨੂਨ ਜੀ ਮੈਂ ਸੁਰਿੰਦਰ ਸਿੰਘ ACP ਸੈਂਟਰਲ ਅੰਮ੍ਰਿਤਸਰ ਪੋਸਟਡ ਹਾਂ ਇੱਕ ਸਾਡੇ ਥਾਣਾ ਗੇਟ ਘੀਮਾ ਦੇ ਏਰੀਏ ਦੇ ਵਿੱਚ ਕੱਲ੍ਹ ਰਾਤ 11:15 ਇੱਕ ਝਗੜਾ ਹੋਇਆ ਸੀ ਗੁਰਬਖਸ਼ ਨਗਰ ਏਰੀਆ ਗਲੀ ਨੰਬਰ 3 ਦੇ ਵਿੱਚ ਜਿਹਦੇ ਵਿੱਚ ਇੱਕ ਦੀਪਕ ਨਾਂ ਦਾ ਵਿਅਕਤੀ ਜਿਹੜਾ ਉਹ ਇੰਜਰਡ ਹੋਇਆ ਸੀ ਏਜ ਇਹਦੀ 24 ਸਾਲ ਆ ਔਰ ਕਾਰਪੇਂਟਰ ਦਾ ਕੰਮ ਕਰਦਾ ਆ ਜਿਹਦੀ ਆਪਣੇ ਇਹਨਾਂ ਦੇ ਗਵਾਂਢੀਆਂ ਦੇ ਨਾਲ ਹੀ ਝਗੜਾ ਹੋਇਆ ਸੀ ਮੋਟਰਸਾਈਕਲ ਵੱਜਣ ਦੇ ਇਹਨਾਂ ਦੇ ਵਿੱਚ ਮੋਟਰਸਾਈਕਲ ਜਤਿਨ ਨਾਂ ਦੇ ਲੜਕੇ ਨੇ ਮਾਰਿਆ ਸੀ ਜਿਹੜਾ ਇਹਨਾਂ ਦੇ ਆਪਸ ਵਿੱਚ ਝਗੜਾ ਆ ਜਿਹਦੇ ਵਿੱਚ ਜਿਹੜਾ ਵਾ ਦੀਪਕ ਦੀ ਕੋਈ ਨਕੀਲੀ ਚੀਜ਼ ਵੱਜਣ ਨਾਲ ਪੇਟ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜਾ ਕੇ ਹੋਸਪਿਟਲ ਅਤੇ ਅਸੀਂ 5 ਵਿਅਕਤੀਆਂ ਦੇ ਖਿਲਾਫ ਇਹਦੇ ਵਿੱਚ ਜਿਹੜਾ ਵਾ ਮੁਕੱਦਮਾ ਦਰਜ ਕੀਤਾ ਹੈ ਇੱਕ ਜਤਿਨ ਇੱਕ ਦਾ ਬ੍ਰਦਰ ਆਕਾਸ਼ ਆ ਇੱਕ ਇਹਨਾਂ ਦਾ ਜੀਜਾ ਆ ਸੁਖਪ੍ਰੀਤ ਔਰ 2 ਇਹਨਾਂ ਦੇ ਮਦਰ ਫਾਦਰ 5 ਜਣਿਆਂ ਦੇ ਖਿਲਾਫ ਹਰੀ ਸ਼ੰਕਰ ਦੇ ਬਿਆਨਾਂ ਦੇ ਉੱਤੇ FIR ਦਰਜ ਕੀਤੀ ਗਈ ਹੈ ਔਰ ਜਿਹਦੇ ਵਿੱਚ ਅਸੀਂ ਇਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਆ ਔਰ ਇਹਨਾਂ ਦੇ ਰੇਡ ਕੀਤੇ ਜਾ ਰਹੇ ਹਾਂ ਔਰ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ।